ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਦਾ ਤਿੱਖਾ ਵਿਰੋਧ ਕਰਨ ਵਾਲੇ ਕਾਂਗਰਸੀ ਲੀਡਰਾਂ ਨੇ ਕੱਲ ਦੇਰ ਸ਼ਾਮ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਰਾਜਪਾਲ ਦਾ ਦਖਲ ਮੰਗਿਆ। ਇਸ ਤੋਂ ਪਹਿਲਾਂ ਕਾਂਗਰਸੀ ਲੀਡਰਾਂ ਨੇ ਖਹਿਰਾ ਦੀ ਗ੍ਰਿਫਤਾਰੀ ਦੇ ਮਾਮਲੇ ਨੂੰ ਲੈ ਕੇ ਇੱਕ ਮੀਟਿੰਗ ਵੀ ਕੀਤੀ, ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕੀਤੀ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਖਹਿਰਾ ਨੂੰ ਸਿਆਸੀ ਬਦਲਾਖੋਰੀ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ, ਪਰ ਕਾਂਗਰਸ ਪਾਰਟੀ ਡਟੀ ਰਹੇਗੀ ਖਹਿਰਾ ਦੀ ਰਿਹਾਈ ਤੱਕ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਕਾਂਗਰਸੀ ਲੀਡਰਾਂ ਨੇ ਕਿਹਾ ਕਿ ਜਿਹੜੇ ਕਾਂਗਰਸੀ ਲੀਡਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਗੀ ਲੀਡਰਾਂ ਖਿਲਾਫ਼ ਦਲੇਰੀ ਨਾਲ ਬੋਲਦੇ ਨੇ, ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਅਜਿਹੇ ਹੱਥ ਕੰਡੇ ਆਪ ਸਰਕਾਰ ਵਰਤ ਰਹੀ ਹੈ। ਜਿਸ ਪ੍ਰਕਾਰ ਉਹਨਾਂ ਦੇ ਘਰ ਗਏ ਸੁਬਾ, ਐਦਾਂ ਲੱਗਦਾ ਸੀ ਕਿ ਬਹੁਤ ਵੱਡੇ ਕ੍ਰਿਮੀਨਲ ਨੂੰ ਪੁਲਿਸ ਫੜਨ ਗਈ ਹੋਵੇ ਕਿਤੇ। ਸੋ ਘਰੇ ਗਏ ਬਿਨਾਂ ਦੱਸੇ ਔਰ ਬਿਨਾਂ ਇਤਲਾਹ ਦਿੱਤਿਆਂ, ਕੋਈ ਵਾਰੰਟ ਨਹੀਂ ਸੀਗਾ, ਕਿਉਂਕਿ ਉਹਨਾਂ ਨੇ ਵਾਰ ਵਾਰ ਆਪਦੇ ਲਾਈਨ ਤੇ ਕਿਹਾ ਕਿ ਬਾਈ ਕੋਈ ਤੁਹਾਡੇ ਕੋਲ ਵਾਰੰਟ ਹੈਗੇ ਤਾਂ ਮੈਨੂੰ ਦੱਸੋ, ਕੋਈ ਅਰੈਸਟ ਵਾਰੰਟ ਨਾ ਹੀ ਕੋਈ ਚੰਡੀਗੜ੍ਹ ਦੀ ਪੁਲਿਸ ਦਾ ਇੱਕ ਵੀ ਵਿਅਕਤੀ ਉੱਥੇ ਮੌਜੂਦ ਸੀਗਾ। ਸੋ ਇਹ ਮੈਂ ਸਮਝਦਾ ਕਿ ਜਿਵੇਂ ਮੁਗਲ ਰਾਜ ਦੇ ਸਮੇਂ ਹਰੇਕ ਵਿਅਕਤੀ ਦੀ ਆਵਾਜ਼ ਦਬਾਉਣ ਦਾ ਕੰਮ ਹੁੰਦਾ ਸੀ, ਅੱਜ ਦੀ ਸਰਕਾਰ ਉਸੇ ਤਰ੍ਹਾਂ ਦਾ ਕੰਮ ਪੰਜਾਬ ਦੇ ਅੰਦਰ ਕਰ ਰਹੀ ਹੈ। ਜੋ ਨਿੰਦਾ ਇਸ ਘਟਨਾਕ੍ਰਮ ਦੀ ਹੋਈ ਹੈ ਇਹ ਸਾਰੀ ਮੈਂ ਸਮਝਦਾ ਕਿ ਦੁਨੀਆਂ ਜਾਣਦੀ ਹੈ, ਲੋਕ ਜਾਣਦੇ ਨੇ ਕਿ ਇਹ ਸੱਚ ਕੀ ਹੈ, ਇਹਦੇ ਵਿੱਚ ਕਿਉਂ ਇਹ ਕੀਤਾ ਗਿਆ। ਹਰ ਚੀਜ਼ ਤੋਂ ਲੋਕ ਵਾਕਫ ਨੇ, ਚਾਹੇ ਮੈਂ ਕੁਝ ਸੀ ਗਵਰਨਰ ਸਾਹਿਬ ਨੂੰ ਮਿਲ ਕੇ ਸਾਰੀ ਘਟਨਾਕ੍ਰਮ ਬਾਰੇ ਜਾਣੂ ਕਰਾਇਆ, ਔਰ ਸਾਨੂੰ ਉਮੀਦ ਹੈ ਕਿ ਗਵਰਨਰ ਸਾਹਿਬ ਇਹਦੇ ਤੇ ਕੋਈ ਨਾ ਕੋਈ ਕੋਗਨੀਜੈਂਸ ਜ਼ਰੂਰ ਲੈਣਗੇ। ਸੁਖਪਾਲ ਖਹਿਰਾ ਨੂੰ ਕੱਲ ਤੜਕੇ ਉਹਨਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਜਲਾਲਾਬਾਦ ਪੁਲਿਸ ਨੇ ਗ੍ਰਿਫਤਾਰ ਕੀਤਾ। ਡੀਐਸਪੀ ਅਛਰੂ ਰਾਮ ਸ਼ਰਮਾ, ਥਾਣਾ ਸਦਰ ਦੇ ਐਸਐਚਓ ਅੰਗਰੇਜ਼ ਕੁਮਾਰ, ਪੁਲਿਸ ਚੌਂਕੀ ਘੁਬਾਇਆ ਦੇ ਚੌਂਕੀ ਇੰਚਾਰਜ ਏਐਸਆਈ ਹਰਦੇਵ ਸਿੰਘ ਬੇਦੀ ਸਮੇਤ ਹੋਰ ਵੱਡੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਪਹੁੰਚੇ ਸਨ। 2015 ਦੇ ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਇੱਕ ਮਾਮਲੇ ਦੇ ਵਿੱਚ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ 2 ਦਿਨ ਦਾ ਖਹਿਰਾ ਦਾ ਰਿਮਾਂਡ ਪੁਲਿਸ ਨੂੰ ਦੇ ਦਿੱਤਾ ਹੈ। ਕੱਲ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਯਾਨੀ ਕਿ 30 ਸਤੰਬਰ ਨੂੰ। ਸੁਖਪਾਲ ਖਹਿਰਾ ਅਤੇ ਉਸਦੇ ਪਰਿਵਾਰ ਨੇ ਇਸ ਨੂੰ ਗੈਰ ਕਾਨੂੰਨੀ ਗ੍ਰਿਫਤਾਰੀ ਦੱਸਿਆ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਕੇਸ ਹੈ ਜਿਹੜਾ, ਉਸ ਤੇ ਰੋਕ ਲੱਗ ਚੁੱਕੀ ਹੈ, ਇਹ ਪਰਿਵਾਰ ਨੇ ਦਾਅਵਾ ਕੀਤਾ। ਖਹਿਰਾ ਨੇ ਕਿਹਾ ਕਿ ਪੰਜਾਬ 'ਚ ਇਸ ਵਕਤ ਧੱਕੇ ਸ਼ਾਹੀ ਦਾ ਰਾਜ ਹੈ। ਮੇਰੇ ਰੂਲ ਮੇ ਫੇਵਰ ਕੀਆ, ED ਕੇ ਕੇਸ ਮੇ ਮੇਰੇ ਕੋ ਰੈਗੂਲਰ ਬੇਲ ਮਿਲੀ ਹੈ। ਯੇ ਤੋ ਭਗਵੰਤ ਮਾਨ ਜੈਸੇ ਖੂਨ ਕਾ ਪਿਆਸਾ ਹੈ, ਐਂਡ ਲੈਟ ਮੀ ਟੈਲ ਯੂ ਆਰ ਰਿਸਪੋਂਸਿਬਲ ਮੀਡੀਆ ਹੇਅਰ, I will not be surprised if he gets me physically eliminated also. Let me tell you, because jis tarah ka ye khoon ka pyaasa ho gaya, jhoote keson ke upar dobara ye chautha case hai mere khilaf Bhagwant Mann ki taraf se. Pehle 3 FIRs ki meri behan tak unke khilaf, unko ladies ko bhi nahi choda. Ab ye chauthi FIR karke to jo aadmi itni zyada nafrat rakhta hai wo to aapko physically bhi eliminate kara sakte hai. Ye police unki hai. अगर मेरे घर में विदाउट वारंट, विदाउट एनी FIR, विदाउट इन्फॉर्मिंग चंडीगढ़ पुलिस घुस सकते हैं सुबह 6 बजे, आई एम इन देयर कस्टडी नाउ। और जेलों में तो गैंगस्टर्स बैठे हैं, जिस भी जेल में मेरे को भेजेंगे वहां तो गैंगस्टर्स हैं, और गैंगस्टर्स इनके साथ हैं, वो इनके जेलों से इंटरव्यू देते हैं, वो यहां से बैठे क्लेम करते हैं कि हम फलाने आदमी की रिस्पॉन्सिबिलिटी हम ले रहे हैं, तो इनके लिए तो दैट मीन्स देयर इज आई सेंस समथिंग वेरी वेरी डेंजरस। खहरा दे एडवोकेट पुत्र महताब सिंह खहरा ने कहा कि उन्हां दे पिता ਹਰ ਗਲਤ ਕੰਮ ਦੇ ਖਿਲਾਫ਼ ਬੋਲਦੇ ਹਨ, ਪੰਜਾਬ ਤੇ ਸਿੱਖਾਂ ਦੇ ਹੱਕਾਂ 'ਚ ਬੋਲਦੇ ਹਨ, ਇਸ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ, ਪਰ ਉਹ ਚੁੱਪ ਕਰਕੇ ਨਹੀਂ ਬੈਠਣਗੇ, ਪੰਜਾਬ ਦੀ ਖਾਤਰ ਬੋਲਦੇ ਰਹਿਣਗੇ। ਦੱਸਿਆ ਜਾ ਰਿਹਾ ਕਿ 2015 ਦਾ ਇਹ ਇੱਕ FIR ਸੀ, ਇਸ FIR ਵਿੱਚ ਨਾ ਮੇਰੇ ਫਾਦਰ ਦਾ ਨਾਮ ਸੀ, ਸਾਡੇ ਤੋਂ ਕੋਈ ਰਿਕਵਰੀ ਨਹੀਂ ਹੋਈ, ਸਾਨੂੰ ਟ੍ਰਾਇਲ ਕੋਰਟ ਨੇ ਫਾਜ਼ਿਲਕਾ ਨੇ ਸਮਨ ਕੀਤਾ, ਉਸ ਸਾਰੇ ਐਵੀਡੈਂਸ ਨੂੰ ਲੈ ਕੇ ਸਾਰੇ ਕੇਸ ਨੂੰ ਲੈ ਕੇ ਅਸੀਂ ਸੁਪਰੀਮ ਕੋਰਟ ਤੱਕ ਗਏ, ਸੁਪਰੀਮ ਕੋਰਟ ਨੇ ਸਾਡਾ ਇਹ ਸਮਨਿੰਗ ਆਰਡਰ ਜੋ ਸੀ ਕੁਐਸ਼ ਕਰ ਦਿੱਤਾ। ਮੈਨੂੰ ਹੁਣ ਸੁਣਨ 'ਚ ਆ ਰਿਹਾ ਹੈ ਕਿ ਜੀ ਗੁਰਦੇਵ ਸਿੰਘ ਇੱਕ ਅਕਿਊਜ ਨੇ ਇੱਕ ਤੁਹਾਡਾ ਨਾਮ ਲਿਆ ਸੀ ਸੁਖਪਾਲ ਸਿੰਘ ਖਹਿਰਾ। ਗੁਰਦੇਵ ਸਿੰਘ 2015 ਮਾਰਚ ਦਾ ਪੁਲਿਸ ਕਸਟਡੀ 'ਚ ਹੈ, ਜੇਲ੍ਹ 'ਚ ਹੈ, 8 ਸਾਲ ਉਹ ਸਜ਼ਾ ਕੱਟ ਚੁੱਕਿਆ ਆਪਣੀ। ਜੇ ਅੱਜ ਤੱਕ ਉਹਨੂੰ ਜੇ ਸਾਡਾ ਉਹਨੇ ਨਾਮ ਲਿਆ, ਅਤੇ ਉਹ ਨਾਮ ਤਾਂ ਮਾਰਚ 2015 ਵਿੱਚ ਲਿਆ ਸੀ, ਉਹੀ ਨਾਮ ਅਸੀਂ ਸੁਪਰੀਮ ਕੋਰਟ ਵੀ ਲੈ ਕੇ ਗਏ ਹਾਂ। ਸੁਪਰੀਮ ਕੋਰਟ ਨੇ ਦੇਖਿਆ ਕਿ ਜਿਹੜੀ ਉਹ ਹੈ ਇਹ ਉਸ ਸਮਨਿੰਗ ਆਰਡਰ ਵਿੱਚ ਕਮੀਆਂ ਸੀ, ਇਸ ਕਰਕੇ ਉਹ ਸੁਪਰੀਮ ਕੋਰਟ ਨੇ ਉਹ ਆਰਡਰ ਕੁਐਸ਼ ਕਰ ਦਿੱਤਾ। ਸੋ ਮੈਡਮ, ਅਸਲੀਅਤ ਪਤਾ ਕੀ ਹੈ, ਇਹ ਸੱਚ ਬੋਲਣ ਦਾ ਫਲ ਮਿਲਿਆ।
दूजे पासे आम आदमी पार्टी ने दावा किया कि पंजाब पुलिस की सिट नूं जांच दौरान सुखपाल सिंह खहरा की नशा तस्करी के मामले में शमूलियत के पुख्ता सबूत मिलेंगे। पंजाब दे विच आप पार्टी के मुख्य बुलारे मालविंदर सिंह कंग ने कहा कि सरकार सूबे चो नशा खत्म करने के लिए दिन रात गंभीरता नाल काम कर रही है ते करदी रहेगी। सरकार की ड्रग माफिया खिलाफ जीरो टॉलरेंस नीति है। नशा तस्करी विच शामिल कोई भी व्यक्ति भावें किन्ना भी प्रभावशाली क्यों ना होवे बख्शिया नहीं जाएगा। उन्होंने कहा कि सब कुछ कानून के दायरे विच हो रहा है, सबूतों के आधार से हो रहा है। अज एक अहम अरेस्ट जिहड़ी आ नशा तस्करी नूं लैके होई है। पंजाब च लंबे समय तो नशियां नूं लैके पीड़ित स्टेट रही है और असी वार वार यह गल कही है कि जिहड़ा ड्रग माफिया काम करदा उहदे इकनोमिक इंटरस्ट जिहड़े आ उह बहुत वड्डे स्तर च इहदे च इनवॉल्व है। अज सुखपाल सिंह खहरा जिन्हां नूं की नशा तस्करी दे केस दे आधार ते अज पंजाब पुलिस ने अरेस्ट किया और इहदे च फैक्ट ए आ कि ए केस जिहड़ा इहदी स्टार्टिंग श्रोमणी अकाली दल ते भाजपा की 2015 वाली सरकार च हुंदी आ।